ਸਥਾਨਕ ਅਬੋਹਰ ਰੋਡ 'ਤੇ ਬੱਬਰ ਹਵਾਈ ਦੇ ਬਿਲਕੁਲ ਸਾਹਮਣੇ ਅੱਜ ਉਸ ਵੇਲੇ ਇੱਕ ਜ਼ਬਰਦਸਤ ਦੁਰਘਟਨਾ ਹੋ ਗਈ ਜਦ ਅਬੋਹਰ ਰੋਡ ਤੋਂ ਆ ਰਿਹਾ ਇੱਕ ਟਰਾਲਾ ਘੋੜਾ ਅਤੇ ਅਬੋਹਰ ਰੋਡ ਤੋਂ ਆ ਰਹੀ ਇੱਕ ਆਲਟੋ ਕਾਰ ਆਪਸ ਵਿੱਚ ਭਿੜ ਗਏ। ਇਹ ਘਟਨਾ ਇੰਨੀ ਜ਼ਬਰਦਸਤ ਸੀ ਕਿ ਟਰਾਲਾ ਘੋੜਾ ਆਲਟੋ ਕਾਰ ਨੂੰ ਆਪਦੇ ਨਾਲ ਖਿੱਚਦਾ ਲਗਭਗ 15 ਤੋਂ 20 ਫੁੱਟ ਦੂਰੀ 'ਤੇ ਲੈ ਗਿਆ ਜਿੱਥੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਸੰਬੰਧ ਵਿੱਚ ਜਦ ਉੱਥੇ ਆਲਟੋ ਕਾਰ ਦੇ ਚਾਲਕ ਨਾਲ ਗੱਲਬਾਤ ਕੀਤੀ ਤਾਂ ਉਹਨੇ ਕੀ ਕੁਛ ਕਿਹਾ ਅਤੇ ਐਕਸੀਡੈਂਟ ਵੇਖਣ ਵਾਲਿਆਂ ਨੇ ਕੀ ਕੁਝ ਕਿਹਾ, ਸਭ ਕੁਝ ਜਾਣਨ ਲਈ ਸਾਡੇ ਪੱਤਰਕਾਰ ਸਾਹਿਲ ਭਟੇਜਾ ਦੀ ਰਿਪੋਰਟ। ਹਾਂਜੀ ਭਾਈ ਜੀ, ਕੀ ਨਾਮ ਹੈ ਆਪਣਾ? ਅਮਰਿੰਦਰ ਸਿੰਘ। ਕਿੱਥੋਂ ਰਹਿਣ ਵਾਲੇ ਹੋ? ਮੇਰੇ ਆਪਣਾ ਪਿੰਡ ਬੰਦੂਵਾਲਾ ਜੀ। ਤੁਸੀਂ ਕਿਹੜੇ ਪਾਸੋਂ ਆ ਰਹੇ ਸੀ ਜੀ? ਮੈਂ ਮੇਰੇ ਕੰਗਣ ਮਰੀਜ਼ ਛੱਡ ਕੇ ਆ ਰਿਹਾ ਸੀ ਅਤੇ ਸਾਈਡ ਵੱਟੀ ਮੇਰੇ ਵੱਲ ਬੱਸ ਗਈ। ਸਾਈਡ ਵੱਟਣ ਨਾਲ ਨਾ ਮੇਰੇ ਪਿਛਲੀ ਸਾਈਡ 'ਤੇ ਥੋੜ੍ਹੀ ਲੱਗ ਗਈ ਅਤੇ ਉਹਨੇ ਲੱਗਣ ਕਾਰ ਤਾਂ ਗੱਡੀ ਐਂਗਲਾਂ ਵੱਲ ਬੱਸ ਮੁੜ ਗਈ। ਪਿੱਛੂ ਕਰਮ ਜਦੋਂ ਐਂਗਲਾਂ ਵੱਲ ਬੱਸ ਮੁੜੀ ਉਹਨੇ ਬ੍ਰੇਕ ਹੀ ਲਾਈ ਅਤੇ ਪਿੱਛੂ 2 ਵਜੇ ਤੱਕ ਹੀ ਲਿਆ ਮਗਰ ਹੀ। ਅਤੇ ਸਰ ਕਿੰਨੀ ਦੇਰ ਪਹਿਲਾਂ ਐਕਸੀਡੈਂਟ ਹੋਇਆ ਜੀ? ਬਸ ਹੋਣੀ ਹੋਇਆ 5-10 ਮਿੰਟ। ਅਤੇ ਡਰਾਈਵਰ ਜਿਹੜਾ ਗੱਡੀ ਦਾ ਸੀ ਉਹ ਕਿੱਥੇ ਜੀ? ਆਹ ਜਿਹੜੇ ਘੋੜੇ ਵਾਲੇ ਦੀ ਗਲਤੀ ਆ ਸਾਰੀ ਜੀ, ਮੈਂ ਉੱਥੋਂ ਖੜ੍ਹੇ ਹੋਇਆ ਦੇਖੀ ਜਾਂਦਾ ਜੀ, ਇਸ ਭਾਈ ਦੀ ਕੋਈ ਗਲਤੀ ਨਹੀਂ ਗੀ। ਆਹ ਮੇਰਾ ਵੀਰ ਨਾ ਸਿੱਧੀ ਆਪਦੀ ਲੈਨ 'ਤੇ ਆ ਰਿਹਾ ਸੀਗਾ, ਇਹ ਘੋੜੇ ਵਾਲੇ ਨੇ ਨਾ ਬ੍ਰੇਕ ਨਹੀਂ ਲਾਈ, ਸਿਰਫ ਆਹ ਜਿਹੜਾ ਮੇਰਾ ਬਾਈ ਇੱਕ ਸੀਗੀ ਸੀਗੀ ਅੱਗੇ ਉਹਨੂੰ ਕਢਾ ਕੇ ਉਸ ਤੋਂ ਬਾਅਦ ਇਹ ਨਾ ਬਾਈ ਨੂੰ ਖਿੱਚ ਕੇ ਹੀ ਲੈ ਕੇ ਇੱਥੇ ਆਇਆ। ਇਹ ਘੋੜੇ ਵਾਲੇ ਦੀ ਗਲਤੀ ਹੈ ਜੀ ਸਾਰੀ, ਇਹ ਤਾਂ ਆਪਣੇ ਆਪ ਨੂੰ ਇਹ ਸਮਝਦੇ ਨੇ ਭੈਣ ਚੋ ਅਸੀਂ ਰਾਜੇ ਹਾਂ ਰੋਡ ਦੇ। ਅਸੀਂ ਤਾਂ ਖਿੱਚ ਕੇ ਲਿਆਇਆ ਜੀ, ਕਿੰਨੀ ਦੂਰੋਂ ਖਿੱਚ ਕੇ ਲਿਆਇਆ ਇਹਨੂੰ? ਇਹ ਬਾਈ ਉਹ ਪਰਾਂ ਪਿੱਛੋਂ ਦੀ ਲੈ ਕੇ ਇੱਥੇ ਤੱਕ ਘੱਟੋ ਘੱਟ ਜ਼ਿਆਦਾ ਨਹੀਂ 15-20 ਫੁੱਟ ਪੈ ਗਈ ਆ। ਟੇਰ ਦੇਖ ਲਓ ਗੱਡੀ ਦੇ ਕਿੰਨੇ ਕੁ ਸੀੜਾਂ ਪਈਆਂ ਨੇ ਦੇਖ ਲਓ। ਇਹ ਤਾਂ ਨੇ ਲਾਲੇ ਬਣ ਜਾਂਦੇ ਆਪਣੇ ਆਪ ਨੂੰ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਂ ਸਾਵਨ ਆ ਵੀਰੇ, ਠੋਕ ਕੇ ਕਹੂੰਗਾ ਮੈਂ ਤਾਂ ਵਾਲਮੀਕਿ ਬਰਾਦਰੀ ਮੇਰੀ। ਧੰਨਵਾਦ ਜੀ।
ਇੰਸੀਡੈਂਟ ਬਾਰੇ ਸਾਨੂੰ ਰੋਡ 'ਤੇ ਪਤਾ ਲੱਗਿਆ, ਕ੍ਰਿਸ਼ਨ ਸਾਗਰ ਰੋਡ 'ਤੇ ਕੰਚਨ ਤਾਰਾ ਹੋਟਲ ਦੇ ਸਾਹਮਣੇ, ਉਹਦੇ ਸੰਬੰਧ ਅਸੀਂ ਆਏ ਹਾਂ, ਕੋਈ ਪਤਾ ਕਰ ਰਹੇ ਹਾਂ, ਜੋ ਵੀ ਸਾਨੂੰ ਪਤਾ ਲੱਗੂਗਾ ਉਸ ਸੰਬੰਧ 'ਚ ਅਸੀਂ ਕਾਰਵਾਈ ਕਰਦੇ। ਕੋਈ ਜਾਨੇ ਨੁਕਸਾਨ ਹੋਇਆ ਜੀ? ਕੋਈ ਜਾਨੇ ਨੁਕਸਾਨ ਨਹੀਂ ਹੋਇਆ। ਇਹਦੀ ਗਲਤੀ ਲੱਗਦੀ ਹੈ? ਇਹਦੇ ਅਜੇ ਪਤਾ ਕਰਦੇ ਹਾਂ, ਜਦੋਂ ਵੀ ਪਤਾ ਲੱਗ ਜੂਗਾ ਅਸੀਂ ਜਿਹਦੇ ਵੀ ਖਿਲਾਫ਼ ਕੋਈ ਆਪਣੇ ਗਲਤ ਫਹਿਮੀ ਸਾਹਮਣੇ ਆਈ ਉਹਦੇ ਖਿਲਾਫ਼ ਕਾਰਵਾਈ ਕੀਤੀ। ਕਿੰਨੇ ਜਣੇ ਸੀ ਜੀ ਅੰਦਰ? ਅੰਦਰ ਗੱਡੀ ਕਾਰ ਦੇ ਵਿੱਚ ਇੱਕ ਜਣਾ ਸੀ, ਡਰਾਈਵਰ ਵੀ ਇੱਕ ਜਣਾ ਸੀ। ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।